ਇਨੇ ਦਿਨੀ ਪੰਜਾਬੀ ਗਾਇਕਾਂ ਦਾ ਅਜਿਹਾ ਕਰੇਜ਼ ਹੈ ਕਿ ਜਨਤਾ ਪਾਗਲ ਹੋ ਰਹੀ ਹੈ। ਕੋਈ ਕੰਸਰਟ ਹੋਵੇ ਜਾਂ ਫੈਸਟ, ਟਿਕਟਾਂ ਸਕਿੰਟਾਂ ਦੇ ਵਿੱਚ ਹੀ ਆਊਟ ਹੋ ਜਾਂਦੇ ਨੇ, ਪਰ ਕਈ ਵਾਰ ਅਜਿਹੀਆਂ ਉਟ ਪਟਾਂਗ ਘਟਨਾਵਾਂ ਹੁੰਦੀਆਂ ਨੇ ਜਿਸ ਦੇ ਕਾਰਨ ਪੂਰੇ ਸ਼ੋਅ ਦਾ ਮਾਹੌਲ ਹੀ ਵਿਗੜ ਜਾਂਦਾ ਹੈ। ਬੀਤੇ ਦਿਨੀ ਯੂਕੇ ਦੇ ਵਿੱਚ ਕਰਨ ਔਜਲਾ ਦੇ ਸ਼ੋਅ ਦੌਰਾਨ ਕਿਸੇ ਨੇ ਉਹਨਾਂ ਦੇ ਉੱਤੇ ਜੁੱਤਾ ਸੁੱਟ ਦਿੱਤਾ ਸੀ। ਹੁਣ ਹਾਲ ਹੀ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ। ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ, ਦੱਸ ਦਈਏ ਕਿ ਪੈਰਿਸ ਦੇ ਵਿੱਚ ਉਹਨਾਂ ਦੇ ਸ਼ੋਅ 'ਚ ਮਿਡ ਪਰਫਾਰਮੈਂਸ ਦੌਰਾਨ ਇੱਕ ਫੈਨ ਨੇ ਸਟੇਜ ਦੇ ਉੱਤੇ ਆਪਣਾ ਆਈਫੋਨ ਸੁੱਟ ਦਿੱਤਾ। ਇਸ ਹਰਕਤ ਨੂੰ ਦਿਲਜੀਤ ਦੋਸਾਂਝ ਨੇ ਦੇਖਿਆ ਅਤੇ ਉਸ ਫੈਨ ਨੂੰ ਪਿਆਰ ਨਾਲ ਸਮਝਾਇਆ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ। ਉਹਨਾਂ ਦੀ ਇਸ ਹਰਕਤ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੇ ਫੈਨ ਨੂੰ ਆਪਣੀ ਜੈਕਟ ਗਿਫਟ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਦਾ 19 ਸਤੰਬਰ ਦੀ ਰਾਤ ਨੂੰ ਪੈਰਿਸ ਦੇ ਵਿੱਚ ਇੱਕ ਪ੍ਰੋਗਰਾਮ ਸੀ। ਇੱਥੇ ਦੋਸਾਂਝ ਆਪਣਾ ਗੀਤ ਪਟਿਆਲਾ ਪੈਗ ਗਾ ਰਹੇ ਸੀ। ਇਸ ਦੌਰਾਨ ਇੱਕ ਫੈਨ ਨੇ ਸਟੇਜ 'ਤੇ ਆਪਣਾ ਆਈਫੋਨ ਸੁੱਟ ਦਿੱਤਾ, ਜਿਸ ਨੂੰ ਦਿਲਜੀਤ ਨੇ ਦੇਖਿਆ ਅਤੇ ਫੋਨ ਆਪਣੇ ਹੱਥ ਦੇ ਵਿੱਚ ਲੈ ਲਿਆ, ਜਿਸ ਤੋਂ ਬਾਅਦ ਗੀਤ ਅਤੇ ਬੈਂਡ ਦੋਵੇਂ ਬੰਦ ਕਰਾ ਦਿੱਤੇ ਗਏ। ਦਿਲਜੀਤ ਨੇ ਕਿਹਾ ਕਿ ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤਾਂ ਤੁਹਾਨੂੰ ਹੀ ਨੁਕਸਾਨ ਹੋਵੇਗਾ, ਅਜਿਹਾ ਮੂਮੈਂਟ ਨਾ ਵਿਗਾੜੋ। ਜਿਸ ਤੋਂ ਬਾਅਦ ਦਿਲਜੀਤ ਨੇ ਫੋਨ ਵਾਪਸ ਆਪਣੇ ਫੈਨ ਨੂੰ ਦੇ ਦਿੱਤਾ। ਦਿਲਜੀਤ ਨੇ ਕਿਹਾ ਕਿ ਹੁਣ ਮੈਨੂੰ ਫਿਰ ਤੋਂ ਸ਼ੁਰੂ ਤੋਂ ਹੀ ਗਾਉਣਾ ਪੈਣਾ। ਇਸ ਤੋਂ ਬਾਅਦ ਦਿਲਜੀਤ ਨੇ ਆਪਣੀ ਜੈਕਟ ਫੈਨ ਨੂੰ ਲਾ ਕੇ ਦਿੱਤੀ ਅਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ, ਪਰ ਭਵਿੱਖ ਦੇ ਵਿੱਚ ਕਿਸੇ ਵੀ ਕਲਾਕਾਰ ਨਾਲ ਅਜਿਹਾ ਨਾ ਕਰੋ। ਇਸ ਦੇ ਵਿੱਚ ਮੈਨੂੰ ਜਾਂ ਕਿਸੇ ਹੋਰ ਕਲਾਕਾਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਇਨੇ ਦਿਨੀ ਪੰਜਾਬੀ ਗਾਇਕਾਂ ਦਾ ਅਜਿਹਾ ਕਰੇਜ਼ ਹੈ ਕਿ ਜਨਤਾ ਪਾਗਲ ਹੋ ਰਹੀ ਹੈ। ਕੋਈ ਕੰਸਰਟ ਹੋਵੇ ਜਾਂ ਫੈਸਟ, ਟਿਕਟਾਂ ਸਕਿੰਟਾਂ ਦੇ ਵਿੱਚ ਹੀ ਆਊਟ ਹੋ ਜਾਂਦੇ ਨੇ, ਪਰ ਕਈ ਵਾਰ ਅਜਿਹੀਆਂ ਉਟ ਪਟਾਂਗ ਘਟਨਾਵਾਂ ਹੁੰਦੀਆਂ ਨੇ ਜਿਸ ਦੇ ਕਾਰਨ ਪੂਰੇ ਸ਼ੋਅ ਦਾ ਮਾਹੌਲ ਹੀ ਵਿਗੜ ਜਾਂਦਾ ਹੈ। ਬੀਤੇ ਦਿਨੀ ਯੂਕੇ ਦੇ ਵਿੱਚ ਕਰਨ ਔਜਲਾ ਦੇ ਸ਼ੋਅ ਦੌਰਾਨ ਕਿਸੇ ਨੇ ਉਹਨਾਂ ਦੇ ਉੱਤੇ ਜੁੱਤਾ ਸੁੱਟ ਦਿੱਤਾ ਸੀ। ਹੁਣ ਹਾਲ ਹੀ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ। ਦਿਲਜੀਤ ਦੋਸਾਂਝ ਦੇ ਸ਼ੋਅ ਦੌਰਾਨ, ਦੱਸ ਦਈਏ ਕਿ ਪੈਰਿਸ ਦੇ ਵਿੱਚ ਉਹਨਾਂ ਦੇ ਸ਼ੋਅ 'ਚ ਮਿਡ ਪਰਫਾਰਮੈਂਸ ਦੌਰਾਨ ਇੱਕ ਫੈਨ ਨੇ ਸਟੇਜ ਦੇ ਉੱਤੇ ਆਪਣਾ ਆਈਫੋਨ ਸੁੱਟ ਦਿੱਤਾ। ਇਸ ਹਰਕਤ ਨੂੰ ਦਿਲਜੀਤ ਦੋਸਾਂਝ ਨੇ ਦੇਖਿਆ ਅਤੇ ਉਸ ਫੈਨ ਨੂੰ ਪਿਆਰ ਨਾਲ ਸਮਝਾਇਆ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਨਸੀਹਤ ਦਿੱਤੀ। ਉਹਨਾਂ ਦੀ ਇਸ ਹਰਕਤ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਆਪਣੇ ਫੈਨ ਨੂੰ ਆਪਣੀ ਜੈਕਟ ਗਿਫਟ ਕੀਤੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਿਲਜੀਤ ਦੋਸਾਂਝ ਦਾ 19 ਸਤੰਬਰ ਦੀ ਰਾਤ ਨੂੰ ਪੈਰਿਸ ਦੇ ਵਿੱਚ ਇੱਕ ਪ੍ਰੋਗਰਾਮ ਸੀ। ਇੱਥੇ ਦੋਸਾਂਝ ਆਪਣਾ ਗੀਤ ਪਟਿਆਲਾ ਪੈਗ ਗਾ ਰਹੇ ਸੀ। ਇਸ ਦੌਰਾਨ ਇੱਕ ਫੈਨ ਨੇ ਸਟੇਜ 'ਤੇ ਆਪਣਾ ਆਈਫੋਨ ਸੁੱਟ ਦਿੱਤਾ, ਜਿਸ ਨੂੰ ਦਿਲਜੀਤ ਨੇ ਦੇਖਿਆ ਅਤੇ ਫੋਨ ਆਪਣੇ ਹੱਥ ਦੇ ਵਿੱਚ ਲੈ ਲਿਆ, ਜਿਸ ਤੋਂ ਬਾਅਦ ਗੀਤ ਅਤੇ ਬੈਂਡ ਦੋਵੇਂ ਬੰਦ ਕਰਾ ਦਿੱਤੇ ਗਏ। ਦਿਲਜੀਤ ਨੇ ਕਿਹਾ ਕਿ ਅਜਿਹਾ ਕਰਨ ਦਾ ਕੀ ਫਾਇਦਾ ਹੋਇਆ? ਜੇਕਰ ਤੁਹਾਡਾ ਫੋਨ ਟੁੱਟ ਜਾਂਦਾ ਹੈ ਜਾਂ ਖਰਾਬ ਹੋ ਜਾਂਦਾ ਹੈ ਤਾਂ ਤੁਹਾਨੂੰ ਹੀ ਨੁਕਸਾਨ ਹੋਵੇਗਾ, ਅਜਿਹਾ ਮੂਮੈਂਟ ਨਾ ਵਿਗਾੜੋ। ਜਿਸ ਤੋਂ ਬਾਅਦ ਦਿਲਜੀਤ ਨੇ ਫੋਨ ਵਾਪਸ ਆਪਣੇ ਫੈਨ ਨੂੰ ਦੇ ਦਿੱਤਾ। ਦਿਲਜੀਤ ਨੇ ਕਿਹਾ ਕਿ ਹੁਣ ਮੈਨੂੰ ਫਿਰ ਤੋਂ ਸ਼ੁਰੂ ਤੋਂ ਹੀ ਗਾਉਣਾ ਪੈਣਾ। ਇਸ ਤੋਂ ਬਾਅਦ ਦਿਲਜੀਤ ਨੇ ਆਪਣੀ ਜੈਕਟ ਫੈਨ ਨੂੰ ਲਾ ਕੇ ਦਿੱਤੀ ਅਤੇ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ, ਪਰ ਭਵਿੱਖ ਦੇ ਵਿੱਚ ਕਿਸੇ ਵੀ ਕਲਾਕਾਰ ਨਾਲ ਅਜਿਹਾ ਨਾ ਕਰੋ। ਇਸ ਦੇ ਵਿੱਚ ਮੈਨੂੰ ਜਾਂ ਕਿਸੇ ਹੋਰ ਕਲਾਕਾਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ।